ਸੂਬੇ ਦਾ ਬਜਟ ਪੇਸ਼ ਹੋਇਆ ਔਰ ਖੇਤੀ ਸੈਕਟਰ ਨੂੰ ਕੀ ਕੁਛ ਮਿਲਿਆ ਵਾ, ਖੇਤੀ ਸੈਕਟਰ ਕੀ ਸੰਤੁਸ਼ਟ ਹੈ? ਖੇਤੀਬਾੜੀ ਮੰਤਰੀ ਖੁੱਡੀਆ ਸਾਹਿਬ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਖੁੱਡੀਆ ਸਾਹਿਬ, ਅੱਜ ਦੇ ਬਜਟ ਦੇ ਵਿੱਚ ਅਗਰ ਖੇਤੀਬਾੜੀ ਸੈਕਟਰ ਦੇ ਹਿਸਾਬ ਨਾਲ ਦੇਖਿਆ ਜਾਵੇ, ਤੁਸੀਂ ਸੰਤੁਸ਼ਟ ਹੋ ਕਿ ਜਿੰਨਾ ਮਿਲਣਾ ਚਾਹੀਦਾ ਸੀ ਬਜਟ ਦੇ ਵਿੱਚ ਹਿੱਸਾ, ਉਨਾ ਹਿੱਸਾ ਮਿਲਿਆ? ਬਜਟ ਮੁਤਾਬਕ ਠੀਕ ਹੈ, ਕਿਉਂਕਿ ਜਿਵੇਂ ਕਿਸਾਨਾਂ ਨੂੰ ਸਾਡੀ ਪ੍ਰਮੁੱਖ ਫਸਲ ਹੈ ਨਰਮੇ ਦੀ, ਮਾਲਵੇ ਦੀ, ਉਹਦੇ ਲਈ 33% ਸਬਸਿਡੀ ਹੈ, 550 ਕਰੋੜ ਤੋਂ ਵੱਧ ਜਿਹੜਾ ਫਸਲੀ ਵਿਭਿੰਨਤਾ ਲਈ, ਕਿਸਾਨਾਂ ਨੂੰ 9000 ਤੋਂ ਵੱਧ ਜਿਹੜੀ ਬਿਜਲੀ ਦੀ ਸਬਸਿਡੀ, ਇਹ ਠੀਕ ਹੈ। ਔਰ ਜਿਵੇਂ ਪਾਣੀ ਦੀ ਵੰਡ ਲਈ ਪਾਈਪਾਂ, ਜਿਹੜਾ ਪਾਣੀ ਦਾ ਨੁਕਸਾਨ ਹੁੰਦਾ ਅੰਡਰਗਰਾਊਂਡ ਕਰਕੇ, ਕਾਫੀ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਗਈਆਂ ਔਰ ਅੱਗੇ ਨਾਲੋਂ ਬਹੁਤ ਬਿਹਤਰ ਆ, ਆਉਂਦੇ ਸਾਲਾਂ ਨੂੰ ਹੋਰ ਹੁੰਦਾ ਜਾਊਗਾ, ਕਿਉਂਕਿ ਖੇਤੀ ਵਿਭਿੰਨਤਾ ਦਾ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ 'ਚ ਸਾਡੇ ਮਾਨਯੋਗ ਮੰਤਰੀ ਜਿਹੜੇ ਖਜ਼ਾਨੇ ਨੂੰ ਸਾਂਭਦੇ ਆ ਹਰਪਾਲ ਸਿੰਘ ਦੀ ਚੀਮਾ, ਬੜੀ ਸੂਝਬੂਝ ਨਾਲ ਉਹਨਾਂ ਨੇ ਬਜਟ ਲਿਆ। ਖੇਤੀਬਾੜੀ ਡਿਪਾਰਟਮੈਂਟ ਦੇ ਵਿੱਚ ਗੱਲ ਕੀਤੀ ਜਾਵੇ, ਕਿਉਂਕਿ ਖੇਤੀ ਵਿਭਿੰਨਤਾ ਦਾ ਜ਼ਿਕਰ ਹੁੰਦਾ, ਝੋਨੇ ਤੋਂ ਕਣਕ ਤੋਂ ਰਾਹਤ ਦੇ ਲਈ ਤੁਹਾਨੂੰ ਲੱਗਦਾ ਕਿ ਸਰਕਾਰ ਵੱਲੋਂ ਕੋਈ ਫੈਸਲੇ ਲਿੱਤੇ ਗਏ ਨੇ ਤਾਂ ਕਿ ਕਿਸਾਨ ਜਿਹੜੇ ਆ ਦੂਜੀ ਫਸਲਾਂ ਵਾਲੇ ਪਾਸੇ ਜਾ ਸਕਣ? ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਵਾਸਤੇ ਬਹੁਤ ਵੱਡੀ ਗੱਲ ਆ, ਜਿਹੜੀ ਸੈਂਟਰ ਗੌਰਮੈਂਟ ਵੱਲੋਂ ਸਹਾਰਾ ਦੇਣਾ ਚਾਹੀਦਾ, ਜ਼ਿਆਦਾ ਵੱਡਾ ਬਜਟ। ਦੂਸਰੇ ਵੀ ਕਿ ਕਿਸਾਨ ਅਜੇ ਵੀ ਪੰਜਾਬ ਦੀਆਂ ਬਰੂਹਾਂ ਦੇ ਉੱਤੇ ਬੈਠੇ ਹੋਏ ਨੇ, ਕੇਂਦਰ ਦੇ ਨਾਲ ਗੱਲਬਾਤ ਦਾ ਸਿਲਸਿਲਾ ਟੁੱਟ ਗਿਆ, ਤੁਸੀਂ ਕੇਂਦਰ ਨਾਲ ਗੱਲਬਾਤ ਕਰੋਗੇ ਕਿ ਦੁਬਾਰਾ ਬੁਲਾਇਆ ਜਾਵੇ, ਗੱਲਬਾਤ ਕੀਤੀ ਜਾਵੇ, ਕਿਉਂਕਿ ਇੰਨਾ ਸਮਾਂ ਹੋ ਗਿਆ ਕਿਸਾਨਾਂ ਦੀ ਮੌਤ ਜਿਹੜੀ ਉਹ ਹੋਣੀ ਸ਼ੁਰੂ ਹੋ ਗਈ? ਸੈਂਟਰ ਨੂੰ ਚਾਹੀਦਾ ਤੇ ਮੈਂ ਵੀ ਕੋਸ਼ਿਸ਼ ਕਰੂੰਗਾ, ਪਰ ਉਹ ਹਮੇਸ਼ਾ ਹੀ ਅੜੀਅਲ ਤਰੀਕਾ ਜਾਂ ਪਿਛਲੀ ਵਾਰ ਵੀ 1.5 ਸਾਲ ਕਿਸਾਨਾਂ ਨੂੰ ਬਿਠਾਈ ਰੱਖਿਆ, ਬਾਅਦ ਵਿੱਚ ਵੀ ਜਿਹੜਾ ਫੈਸਲਾ ਲਿਆ ਤੇ ਉਹਨੂੰ ਵੀ ਉਹਨਾਂ ਨੇ ਸਿਰੇ ਨਹੀਂ ਚੜਾਇਆ ਗਿਆ, ਜੇ ਦੁਬਾਰਾ ਫਿਰ ਇਸ ਐਜੀਟੇਸ਼ਨ ਦਾ ਰੁੱਖ ਅਪਣਾਉਣਾ ਪਿਆ ਕਿਸਾਨ ਦਾ। ਕਿਉਂਕਿ ਪੰਜਾਬ ਸਰਕਾਰ ਨੇ ਵਿੱਚੋਂ ਮੂੰਗੀ ਤੇ MSP ਦੇਣੀ ਸ਼ੁਰੂ ਕੀਤੀ ਸੀ, ਕਿਸਾਨਾਂ ਨੇ ਥੋੜਾ ਜਿਹਾ ਰੁੱਕ ਕੀਤਾ, ਬਾਅਦ ਵਿੱਚ ਸਟੈਪ ਕਿਤੇ ਨਾ ਕਿਤੇ ਪਿੱਛੇ ਖਿੱਚੇ ਮੂੰਗ ਨੂੰ ਲੈ ਕੇ ਜਾਂ ਦਾਲਾਂ ਨੂੰ ਲੈ ਕੇ? ਮੂੰਗੀ ਦੀ ਇੱਕ ਵਜ੍ਹਾ ਜੀ, ਮੂੰਗੀ ਦੀ ਜਦੋਂ ਫਸਲ ਬੀਜਦੇ ਨੇ ਇੱਕ ਉਹਨੂੰ ਵਾਈਟ ਫਲਾਈ ਪੈਂਦੀ ਹੈ, ਉਹਦੇ ਨਾਲ ਸਾਡੀ ਗਾਂਹ ਵਾਲੀ ਫਸਲ ਨਰਮੇ 'ਤੇ ਵੀ ਜ਼ਿਆਦਾ ਹੋ ਜਾਂਦੀ ਹੈ, ਅਤੇ ਦੂਸਰੀ ਜਿਹੜੀ ਇੱਕ ਉਹਦੀ ਕੁਆਲਿਟੀ ਜਿਹੜੀ ਸਪਰੇਅ ਸਪਰੂ ਕਰਕੇ ਉਹਨੂੰ ਵੱਢੀ ਜਾਂਦੀ ਹੈ, ਸੱਠੀ ਮੂੰਗੀ ਹੋ ਜਾਂਦੀ, ਉਹਦੀ ਕੁਆਲਿਟੀ ਉਸ ਤਰ੍ਹਾਂ ਬਣਦੀ ਨਹੀਂ, ਇਸ ਤਰ੍ਹਾਂ ਥੋੜ੍ਹੇ ਮੋਟੇ ਜਿਹੜੀਆਂ ਸਮੱਸਿਆਵਾਂ ਆ ਜਾਂਦੀਆਂ ਨੇ, ਉਹ ਜਿਹੜੀ ਵੀ ਏਜੰਸੀ ਖਰੀਦਣ ਲਈ ਆਉਂਦੀ ਉਹ ਬਹੁਤ ਵੱਡਾ ਫਰਕ ਪਾ ਜਾਂਦੀ। ਉਸ 1000 ਰੁਪਈਏ ਦਾ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਪਿਛਲੇ 1 ਸਾਲ ਛੱਡ ਕੇ ਰੱਖਿਆ ਸੀ, ਉਹਦੇ ਵਿੱਚ ਪਾਵਾਂਗੇ ਤੋ ਜਿਹੜਾ ਨਾ ਉਹਦਾ ਫਰਕ ਜ਼ਿਆਦਾ ਰਹਿ ਜਾਂਦਾ, ਕਿਉਂਕਿ ਕਈ ਵਾਰੀ ਉਹਦੇ ਮਿਆਰ 'ਤੇ ਚੜ੍ਹ ਨਹੀਂ ਰਹੀ। ਦੱਸੋ ਕਿੰਨੇ ਨੰਬਰ ਦਿੰਦੇ ਹੋ ਇਸ ਬਜਟ ਨੂੰ ਖੇਤੀ ਦੇ ਹਿਸਾਬ ਨਾਲ ਦੇਖਿਆ ਜਾਵੇ? ਵੈਸੇ ਮੈਂ ਤਾਂ ਸਾਰੇ ਦੇਊਂਗਾ, ਕਿਉਂਕਿ ਇਮਾਨਦਾਰੀ ਵਾਲੇ ਆਪਦੇ ਵੱਲੋਂ ਉਹਨਾਂ ਨੇ ਆਪਦੇ ਵੱਲੋਂ ਜ਼ੋਰ ਲਾ ਕੇ ਦਿੱਤਾ ਗਿਆ, ਅਤੇ ਕਿਉਂਕਿ ਜਿਹੜਾ ਖਜ਼ਾਨਾ ਮੰਤਰੀ ਆ ਉਹਨੂੰ ਸਾਰਾ ਪੰਜਾਬ ਸਾਹਮਣਾ ਪੈਂਦਾ, ਹੋਰ ਚਾਰ ਚਪੇਰੇ ਦੇ ਜਿਹੜੇ ਪੱਖ ਦੇਖਣੇ ਪੈਂਦੇ ਆ, ਪਰ ਫਿਰ ਵੀ ਸਾਡੇ ਐਗਰੀਕਲਚਰ ਮਹਿਕਮੇ 'ਤੇ ਬਹੁਤ ਮਿਹਰ ਭਰਿਆ ਰੱਖਿਆ। ਧੰਨਵਾਦ। ਕੈਮਰਾਮੈਨ ਸੁਖਜਿੰਦਰ ਦੇ ਨਾਲ ਪੰਕਜ ਪੈਣੀ ਵਿਧਾਨ ਸਭਾ।